ਕਾਲ ਤੇ ਮਾਤਾ ਜੀ ਤੁਹਾਨੂੰ ਕੀ ਕੀ ਪ੍ਰੋਬਲਮਾਂ ਸੀ ਪਹਿਲਾਂ ਕੀ ਕੀ ਦੁੱਖ ਸੀਗੇ ਦੁੱਖ ਦਾ ਬੰਦਾ ਕੰਮ ਚੱਲਦਾ ਸੀ ਇੱਕ ਦਾ ਅੱਛਾ ਜੀ ਹਾਂ ਹੋਰ ਕੀ ਦਿੱਕਤ ਸੀ ਸਿਰ ਚ ਦਰਦ ਸੀ ਹਾਂਜੀ ਤੇ ਅੱਖਾਂ 'ਚੋਂ ਪਾਣੀ ਵੀ ਡਿੱਗਦਾ ਸੀ ਹਾਂਜੀ ਹਾਂ ਹੁਣ ਤੁਸੀਂ ਮਤਲਬ ਫਿਰ ਕੀ ਵਰਤਿਆ ਇਸ ਵਾਸਤੇ ਤੁਹਾਨੂੰ ਕਰੈਨਾਟੋਸ ਨੋਵਾ ਦਿੱਤਾ ਸੀ ਹੈ ਨਾ ਕਿਸੇ ਨੇ ਦੱਸਿਆ ਸੀ ਤੁਹਾਨੂੰ ਹਾਂ ਤੇ ਵਰਤੀ ਪਈ ਸੀ ਕਿਹੜੀ ਸਿੱਸਿਆ ਜੀ ਕਿੰਨੇ ਕੁ ਚਿਰ ਬਾਅਦ ਫਰਕ ਪੈ ਗਿਆ ਇਹਦੇ ਨਾਲ ਹੁਣ ਤੁਸੀਂ ਮਤਲਬ ਕੀ ਠੀਕ ਹੋਇਆ ਤੁਹਾਡਾ ਕਿੰਨਾ ਕੁ ਹੋ ਗਿਆ ਜਿਹੜਾ ਦਮ ਚੜਦਾ ਸੀ ਦਮ ਚੜਨੋਂ ਹਟ ਗਿਆ ਅੱਛਾ ਹਟ ਗਿਆ ਜੀ ਗੋਡਿਆਂ ਦਾ ਫਰਕ ਪੈ ਗਿਆ ਅੱਛਾ ਜੀ ਹਾਂ ਕਿਸੇ ਦਾ ਪੈ ਗਿਆ ਸਮਝ ਦੋ ਹਿੱਸਿਆਂ ਦਾ ਘੱਟ ਹੈ ਹਜੇ ਠੀਕ ਹੈ ਠੀਕ ਹੈ ਠੀਕ ਹਿੱਸੇ ਮੰਗੂ ਪੈ ਗਿਆ ਇੱਕ ਨਾਲ ਠੀਕ ਹੈ ਬਹੁਤ ਵਧੀਆ ਬੇਬੇ ਤੇ ਕੋਈ ਤੁਸੀਂ ਨਿਗਾਹ ਕਹਿੰਦੇ ਸੀ ਨਿਗਾਹ ਬਾਈ ਫਿਰ ਆਹ ਵੀ ਅੱਖਾਂ 'ਚ ਪਾਣੀ ਡਿੱਗਦਾ ਸੀ ਅੱਛਾ ਹੁਣ ਠੀਕ ਹੋ ਗਿਆ ਇਹਦੇ ਨਾਲ ਫਰਕ ਪੈ ਗਿਆ ਕੁਛ ਇਹਦੇ ਨਾਲ ਫਰਕ ਹੋ ਗਿਆ ਚਲੋ ਬਹੁਤ ਬਹੁਤ ਮਾਤਾ ਜੀ ਧੰਨਵਾਦ ਤੇ ਕੀ ਤੁਸੀਂ ਸੁਨੇਹਾ ਦੇਣਾ ਚਾਹੋਗੇ ਮਿੰਨਾ ਮਿੰਨਾ ਸਿਰ ਦੁਖਦਾ ਰਹਿੰਦਾ ਅੱਗੇ ਸਾਰਾ ਦਿਨ ਅੱਛਾ ਅੱਛਾ ਹਾਂ ਉਹ ਹਟ ਗਿਆ ਉਹ ਵੀ ਹਟ ਗਿਆ ਅੱਛਾ ਅੱਛਾ ਹੁਣ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਲੋਕਾਂ ਨੂੰ ਹੁਣ ਸੁਨੇਹਾ ਅਸੀਂ ਇਹ ਦੇਵਾਂਗੇ ਭਈ ਆਸ ਬਾਈ ਵਰਤੋ ਠੀਕ ਹੈ ਠੀਕ ਹੈ ਬਹੁਤ ਇਹ ਗੁਣਾਕਾਰ ਹੈ ਬਹੁਤ ਬਹੁਤ ਵਧੀਆ ਹਾਂ ਤੇ ਬਹੁਤ ਇਹ ਸਮਝੇ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਚੰਗਾ ਮਾਤਾ ਜੀ ਸਤਿ ਸ਼੍ਰੀ ਅਕਾਲ ਧੰਨਵਾਦ